ਅਤੇ ਪਿੰਡ ਰਾਣੀ ਗੁਲਾਬ ਪਿੰਡਾ ਜੀ ਥਾਣਾ ਚੋਲਾ ਸਾਹਿਬ 'ਚ, ਉੱਥੇ ਮਿੱਟੀ ਇੱਕ ਦੋ ਦੀ ਦਰਮਿਆਨੀ ਰਾਤ ਨੂੰ ਦੋ ਘਰਾਂ 'ਚ ਚੋਰੀ ਹੋਈ ਸੀ, ਜਿਹਦੇ ਵਿੱਚੋਂ ਗਹਿਣਾ ਕੜਾ ਸੋਨਾ ਘੜੀਆਂ ਵਗੈਰਾ ਮੁੰਦਰੀਆਂ ਇਹ ਚੀਜ਼ਾਂ ਚੋਰੀ ਹੋਈਆਂ ਸੀ। ਅਤੇ ਇਸਦੇ ਸੰਬੰਧ ਵਿੱਚ ਥਾਣਾ ਚੋਲਾ ਸਾਹਿਬ 'ਚ FIR ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਕਾਨੂੰਨ ਦੇ ਤਹਿਤ, ਅਤੇ ਉਹਦੀ ਦਰਜ ਕਰਕੇ ਮੁਕੱਦਮਾ 'ਚ ਤਫਤੀਸ਼ ਜਿਹੜੀ ਥਾਣਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਕੀਤੀ ਗਈ ਸੀ। ਅਤੇ ਦੌਰਾਨੇ ਤਫਤੀਸ਼ ਉਸੇ ਪਿੰਡ ਦੇ ਤਿੰਨ ਮੁੰਡੇ ਨੇ, ਰਾਜਨ, ਧਰਮਿੰਦਰ ਸਿੰਘ ਅਤੇ ਗਗਨਦੀਪ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤਾ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ, ਜਿਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ, ਮੋਬਾਈਲ ਫੋਨ 9 ਮੋਬਾਈਲ ਫੋਨ ਨੇ, ਲੇਡੀਜ਼ ਪਰਸ 5 ਘੜੀਆਂ, ਅਤੇ ਜਿੰਨਾ ਸਮਾਨ ਚੋਰੀ ਹੋਇਆ ਸੀ ਉੱਥੋਂ 70-80% ਬਰਾਮਦ ਹੋ ਚੁੱਕਿਆ, ਜਿਹਦੀ ਕੀਮਤ ਕੋਈ 8-10 ਲੱਖ। ਅਤੇ ਕੱਲ੍ਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ੍ਹ ਰਾਤ, ਅਤੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ। ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ ਉਹਨਾਂ ਬਾਰੇ ਵੀ ਪਤਾ ਜੀ। ਪਹਿਲਾਂ ਵੀ ਪਰਚੇ ਦਰਜ ਇਹਨਾਂ ਦੇ ਆਪਾਂ ਕਰ ਰਹੇ ਹਾਂ ਤਫਤੀਸ਼ ਸਰ, ਇੱਕ ਚੋਰੀ ਫੁੱਟਿਆ ਪਾ ਲਈ ਉਹਦਾ ਵੀ ਇਹਦਾ ਕੋਈ ਲੱਗਦਾ ਕੋਈ ਗੱਲ ਹੋ ਸਕਦਾ, ਆਪਾਂ ਪੁੱਛਗਿੱਛ ਕਰਾਂਗੇ ਜੇ ਜੱਜ ਕਰ। ਹਾਂ ਪੁੱਛਗਿੱਛ ਕਰਾਂਗੇ ਸਾਰੀਆਂ ਚੋਲਾ ਸਾਹਿਬ ਦੇ ਏਰੀਏ 'ਚ ਜਾਂ ਤਰਨ ਤਾਰਨ ਜ਼ਿਲ੍ਹੇ 'ਚ ਜਾਂ ਹੋਰ ਵੀ ਜਿੱਥੇ ਲਾਗੇ ਲਾਗੇ ਚੋਰੀਆਂ ਸਾਰੀਆਂ ਮੈਂ ਪੁੱਛਗਿੱਛ। ਸਰ ਇਹਨਾਂ ਨੇ ਜਿਹੜਾ ਸਮਾਨ ਜਿਹੜਾ ਆ ਚੋਰੀ ਕੀਤਾ ਸੀ ਉਹ ਵੇਚਿਆ ਵੀ ਆ ਕਿਤੇ? ਨਹੀਂ, ਇਹਨਾਂ ਕੋਲ ਜਿਹੜਾ 70-80% ਦੀ ਬਰਾਮਦਗੀ ਹੋ ਚੁੱਕੀ ਆ, ਬਾਕੀ ਬਾਰੇ ਜੇ ਤਫਤੀਸ਼ ਕਰਨੀ ਤਾਂ ਬਰਾਮਦਗੀ ਇਹਨਾਂ ਨੂੰ ਹੋਈ ਆ ਸਰ ਕਿ ਜਾਂ ਦੁਕਾਨਾਂ ਤੋਂ ਹੋਈ ਆ ਇਹਨਾਂ ਦੇ ਕੋਲ? ਇਕਲੇ ਦਾ ਸਮਾਨ ਬਣਦਾ ਜੀ, ਸਮਾਨ ਲਗਾ ਕੇ ਰੱਖਿਆ ਕੋਈ ਹਥਿਆਰ ਵਗੈਰਾ ਵੀ ਇਹਨਾਂ ਕੋਲ ਸੀ ਜਾਂ ਨਹੀਂ?